ਉਹਨਾਂ ਨੇ ਉੱਥੇ ਡਰ ਵੀ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ ਹੈ। ਨਰਿੰਦਰ ਸਿੰਘ ਕਪਾਨੀ ਦੇ ਦਾਦੀ ਜੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਹੀ ਸਨ। ਉਹਨਾਂ ਨੂੰ ਨੋਬਲ ਪ੍ਰਾਈਜ਼ ਦੇਣ ਦੀ ਬਜਾਏ ਇੱਕ ਚਾਈਨੀਜ਼ ਸਾਇੰਟਿਸਟ ਚਾਰਲਸ ਕੁਨਕਾਓ ਨੂੰ ਦੇ ਦਿੱਤਾ ਗਿਆ। ਉਹ ਖੁਦ ਸਿੱਖ ਹੋਣ ਤੇ ਬਹੁਤ ਮਾਣ ਮਹਿਸੂਸ ਕਰਦੇ ਸਨ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹਨਾਂ ਦੇ ਨਾਮ ਤੇ ਤਕਰੀਬਨ 100 ਤੋਂ ਵੀ ਜ਼ਿਆਦਾ ਪੇਟੈਂਟ ਰਜਿਸਟਰਡ ਸਨ। June 1984 ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ। ਇੰਡੀਆ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼ਨ ਕੀਤਾ। ਉਹਨਾਂ ਨੂੰ ਆਪਣੀ ਮਾਤਾ ਦੇ ਅੰਤਿਮ ਸੰਸਕਾਰ ਤੱਕ ਪਹੁੰਚਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਛੋਟੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਸਾਨੂੰ ਸਕੂਲਾਂ ਤੇ ਕਾਲਜਾਂ ਵਿੱਚ ਆਈਨਸਟੀਨ ਤੇ ਨਿਊਟਨ ਦੀਆਂ ਖੋਜਾਂ ਬਾਰੇ ਪੜ੍ਹਾਇਆ ਜਾਂਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਉਹ ਪੰਜਾਬੀ ਜਿਨ੍ਹਾਂ ਨੇ ਪੂਰੇ ਪੰਜਾਬ ਤੇ ਇੰਡੀਆ ਦਾ ਨਾਮ ਸਾਰੀ ਦੁਨੀਆ ਵਿੱਚ ਰੋਸ਼ਨ ਕੀਤਾ, ਉਹਨਾਂ ਬਾਰੇ ਸਾਨੂੰ ਦੱਸਿਆ ਤੱਕ ਨਹੀਂ ਜਾਂਦਾ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਮਹਾਨ ਸ਼ਖਸੀਅਤ ਬਾਰੇ ਜਿਨ੍ਹਾਂ ਦੀ ਖੋਜ ਨੇ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਸੁਨਹਿਰੀ ਅੱਖਰਾਂ ਵਿੱਚ ਜੜਾ ਦਿੱਤਾ। ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸਿੱਖ ਕੌਮ ਲਈ ਜੋ ਜੋ ਮਹਾਨ ਕੰਮ ਕੀਤੇ, ਮੈਨੂੰ ਆਸ ਹੈ ਕਿ ਇਸ ਵੀਡੀਓ ਨੂੰ ਐਂਡ ਤੱਕ ਦੇਖਦੇ ਤੁਹਾਨੂੰ ਇੱਕ ਸਿੱਖ, ਪੰਜਾਬੀ ਤੇ ਇੰਡੀਅਨ ਹੋਣ ਤੇ ਮਾਣ ਮਹਿਸੂਸ ਜ਼ਰੂਰ ਹੋਵੇਗਾ। ਚਲੋ ਹੁਣ ਵੀਡੀਓ ਸ਼ੁਰੂ ਕਰਦੇ ਹਾਂ। ਤੁਸੀਂ ਸੋਚੋ ਇੰਟਰਨੈਟ ਤੋਂ ਬਿਨਾਂ ਦੁਨੀਆ ਕਿਵੇਂ ਹੁੰਦੀ? ਸਵੇਰੇ ਉੱਠਦਿਆਂ ਸਾਰ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ ਚਲਾਉਂਦੇ ਹਨ। ਮੈਸੇਜਸ, ਫੋਟੋਜ਼ ਤੇ ਵੀਡੀਓਜ਼ ਜੋ ਅੱਜ ਹਾਈ ਸਪੀਡ ਇੰਟਰਨੈਟ ਦੇ ਰਾਹੀਂ ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਕੁਛ ਹੀ ਸੈਕਿੰਡਾਂ ਵਿੱਚ ਪਹੁੰਚਦੇ ਹਨ, ਇਸ ਸਭ ਦੇ ਪਿੱਛੇ ਇੱਕ ਜੀਨੀਅਸ ਪੰਜਾਬੀ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਹੀ ਦਿਮਾਗ ਸੀ। ਸੱਚਮੁੱਚ 21ਵੀਂ ਸਦੀ ਦੀ ਸਭ ਤੋਂ ਵੱਡੀ ਖੋਜ, ਜਿਸ ਦੇ ਉੱਪਰ ਸਾਨੂੰ ਹਰ ਇੱਕ ਨੂੰ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਜਨਮ ਮੋਗਾ, ਪੰਜਾਬ ਦੇ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਜਦੋਂ ਅਸੀਂ ਡਾਕਟਰ ਨਰਿੰਦਰ ਸਿੰਘ ਕਪਾਨੀ ਦੇ ਜੀਵਨ ਬਾਰੇ ਰਿਸਰਚ ਕਰ ਰਹੇ ਸੀ ਤਾਂ ਸਾਨੂੰ ਸਿੱਖ ਫਾਊਂਡੇਸ਼ਨ ਨਾਮ ਦੀ ਸਾਈਟ, ਜੋ ਕਿ ਇਹਨਾਂ ਦੇ ਖੁਦ ਦੀ ਹੈ, ਉਹ ਤੋਂ ਸਾਨੂੰ ਇੱਕ ਹੈਰਾਨੀ ਕਰਨ ਵਾਲੀ ਗੱਲ ਪਤਾ ਲੱਗੀ, ਜਿਸ ਬਾਰੇ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਡਾਕਟਰ ਨਰਿੰਦਰ ਸਿੰਘ ਕਪਾਨੀ ਦੇ ਦਾਦੀ ਜੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਹੀ ਸਨ, ਜਿਵੇਂ ਕਿ ਤੁਸੀਂ ਇਸ ਫੋਟੋ ਨੂੰ ਵੀ ਦੇਖ ਸਕਦੇ ਹੋ, ਜਿਸ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਓ ਹੁਣ ਆਪਾਂ ਇਹਨਾਂ ਦੇ ਜੀਵਨ ਦੇ ਸ਼ੁਰੂਆਤੀ ਸਮੇਂ ਬਾਰੇ ਜਾਣਦੇ ਹਾਂ। ਇਹਨਾਂ ਨੇ ਆਪਣੀ ਸਕੂਲਿੰਗ ਦੇਹਰਾਦੂਨ ਉੱਤਰਾਖੰਡ ਤੋਂ ਕੀਤੀ। ਇਹਨਾਂ ਦੇ ਸਕੂਲ ਨਾਲ ਜੁੜੀ ਇੱਕ ਬਹੁਤ ਹੀ ਇੰਟਰਸਟਿੰਗ ਸਟੋਰੀ ਵੀ ਹੈ। ਜਦੋਂ ਸਕੂਲ ਵਿੱਚ ਸਨ ਤਾਂ ਇਹਨਾਂ ਦੇ ਸਾਇੰਸ ਟੀਚਰ ਨੇ ਕਲਾਸ ਵਿੱਚ ਪੜ੍ਹਾਇਆ ਕਿ ਲਾਈਟ ਹਮੇਸ਼ਾ ਸਿੱਧੀ ਰੇਖਾ ਵਿੱਚ ਚੱਲਦੀ ਹੈ। ਜਦੋਂ ਇਹਨਾਂ ਨੇ ਆਪਣੇ ਅਧਿਆਪਕ ਤੋਂ ਇਸ ਬਾਰੇ ਪੁੱਛਿਆ ਕਿ ਕੀ ਲਾਈਟ ਸਿੱਧੀ ਨਾ ਜਾ ਕੇ ਮੁੜ ਨਹੀਂ ਸਕਦੀ, ਤਾਂ ਉਦੋਂ ਇਹਨਾਂ ਦੇ ਅਧਿਆਪਕ ਨੇ ਇਹਨਾਂ ਦਾ ਮਜ਼ਾਕ ਉਡਾਇਆ ਤੇ ਉਸੇ ਦਿਨ ਤੋਂ ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਸੋਚ ਲਿਆ ਕਿ ਉਹ ਲਾਈਟ ਨੂੰ ਮੋੜ ਕੇ ਹੀ ਦਿਖਾਉਣਗੇ। ਤੇ ਸੱਚਮੁੱਚ ਇਹਨਾਂ ਨੇ ਆਪਣੇ ਡੈਡੀਕੇਸ਼ਨ ਤੇ ਮੋਟੀਵੇਸ਼ਨ ਨਾਲ ਆਪਣੀ ਇਸ ਗੱਲ ਨੂੰ ਸੱਚ ਕਰ ਦਿਖਾਇਆ। ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਆਪਣੀ ਗ੍ਰੈਜੂਏਸ਼ਨ ਫਿਜ਼ਿਕਸ ਦੇ ਵਿੱਚ ਆਗਰਾ ਯੂਨੀਵਰਸਿਟੀ ਵਿੱਚ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ ਹਾਇਰ ਸਟੱਡੀ ਲਈ ਇਹ ਇੰਪੀਰੀਅਲ ਕਾਲਜ ਲੰਡਨ ਗਏ, ਜਿੱਥੇ ਡਾਕਟਰ ਕਪਾਨੀ ਨੇ ਅੰਗਰੇਜ਼ੀ ਫਿਜ਼ਿਸਟ ਹੈਰੋਲਡ ਹੌਪਕਿੰਸ ਦੇ ਅੰਡਰ ਆਪਣੀ ਡਾਕਟਰੇਟ ਦੀ ਡਿਗਰੀ ਆਪਟੀਕਲ ਦੀ ਫੀਲਡ ਵਿੱਚ ਸ਼ੁਰੂ ਕੀਤੀ। ਡਾਕਟਰ ਕਪਾਨੀ ਦਾ ਮੇਨ ਮਕਸਦ ਇਹ ਸੀ ਕਿ ਕੋਈ ਇਹੋ ਜਿਹਾ ਸਿਸਟਮ ਬਣਾਇਆ ਜਾਵੇ ਜਿਸ ਵਿੱਚ ਲਾਈਟ ਰਾਹੀਂ ਇਨਫੋਰਮੇਸ਼ਨ ਨੂੰ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚਾਇਆ ਜਾਵੇ। 1954 ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਤੇ ਉਹਨਾਂ ਦੇ ਸੁਪਰਵਾਈਜ਼ਰ ਹੌਪਕਿੰਸ ਵੱਲੋਂ ਸਾਇੰਸ ਫੀਲਡ ਦੇ ਇੱਕ ਬਹੁਤ ਹੀ ਜਾਣੇ ਮਾਨੇ ਨੇਚਰ ਨਾਮ ਦੇ ਰਸਾਲੇ ਵਿੱਚ ਆਪਣੀ ਖੋਜ ਪਬਲਿਸ਼ ਕੀਤੀ, ਜਿਸ ਵਿੱਚ ਲਿਖਿਆ ਕਿ ਕਿਵੇਂ ਉਹਨਾਂ ਨੇ 75 ਸੈਂਟੀਮੀਟਰ ਲੰਬੇ ਗਲਾਸ ਵਾਇਰ ਰਾਹੀਂ ਲਾਈਟ ਨੂੰ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਬਿਨਾਂ ਕੋਈ ਸਿਗਨਲ ਗਵਾਏ ਪਹੁੰਚਾਇਆ। ਮਾਫ਼ ਕਰਨਾ ਇੱਕ ਬੇਨਤੀ ਹੈ, ਕਿਉਂਕਿ ਇਸ ਕੰਟੈਂਟ ਨੂੰ ਬਣਾਉਣ ਲਈ ਬਹੁਤ ਹੀ ਰਿਸਰਚ ਤੇ ਐਡੀਟਿੰਗ ਕਰਨੀ ਪੈਂਦੀ ਹੈ। ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗ ਰਹੀ ਹੈ ਤੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਲਾਈਕ ਕਰੋ। ਹੁਣ ਆਪਾਂ ਟੌਪਿਕ ਤੇ ਵਾਪਿਸ ਆਉਂਦੇ ਹਾਂ। 1960 ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਦੁਆਰਾ ਸਾਇੰਟਿਫਿਕ ਅਮੈਰੀਕਨ ਦੇ ਇੱਕ ਆਰਟੀਕਲ ਵਿੱਚ ਫਾਈਬਰ ਆਪਟਿਕ ਸ਼ਬਦ ਦਾ ਯੂਜ਼ ਪਹਿਲੀ ਵਾਰ ਕੀਤਾ ਗਿਆ। ਹੁਣ ਤੁਹਾਡੇ ਦਿਮਾਗ ਵਿੱਚ ਸਵਾਲ ਹੋਵੇਗਾ ਕਿ ਆਖਿਰ ਇਹ ਫਾਈਬਰ ਆਪਟਿਕਸ ਹੈ ਕੀ? ਇਹ ਕੱਚ ਦੀਆਂ
ਪਤਲੀਆਂ ਪਤਲੀਆਂ ਤਾਰਾਂ ਹੁੰਦੀਆਂ ਹਨ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਤਾਰ ਦਾ ਸਾਈਜ਼ ਸਾਡੇ ਵਾਲ ਦੇ ਸਾਈਜ਼ ਨਾਲੋਂ ਵੀ ਬਰੀਕ ਹੁੰਦਾ ਹੈ। ਇਸੇ ਤਰ੍ਹਾਂ ਦੀ ਕਈ ਤਾਰਾਂ ਨੂੰ ਮਿਲਾ ਕੇ ਇੱਕ ਗੁੱਛਾ ਬਣਦਾ ਹੈ ਜਿਸ ਨੂੰ ਫਾਈਬਰ ਕਹਿੰਦੇ ਹਨ। ਇਸ ਫਾਈਬਰ ਦੇ ਵਿੱਚੋਂ ਹੀ ਲਾਈਟ ਰਾਹੀਂ ਇਨਫੋਰਮੇਸ਼ਨ ਨੂੰ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚਾਇਆ ਜਾਂਦਾ ਹੈ, ਜਿਸ ਕਰਕੇ ਇਸ ਨੂੰ ਫਾਈਬਰ ਆਪਟਿਕਸ ਕਿਹਾ ਜਾਂਦਾ ਹੈ। ਹੁਣ ਆਪਾਂ ਇਸ ਆਪਟੀਕਲ ਫਾਈਬਰ ਦੇ ਪਿੱਛੇ ਦੀ ਜੋ ਸਾਇੰਸ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਅਕਸਰ ਸਕੂਲਾਂ ਵਿੱਚ ਸਾਇੰਸ ਦੀ ਕਲਾਸ ਵਿੱਚ ਰਿਫਰੈਕਸ਼ਨ ਮਤਲਬ ਕਿ ਅਪਵਰਤਨ ਦਾ ਕਨਸੈਪਟ ਜ਼ਰੂਰ ਪੜਿਆ ਹੋਵੇਗਾ, ਜਿਸ ਵਿੱਚ ਇਹ ਸੀ ਕਿ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵਿੱਚ ਜਾਂਦੀ ਹੈ ਤਾਂ ਸਪੀਡ ਬਦਲਣ ਕਾਰਨ ਉਹ ਆਪਣੇ ਰਾਸਤੇ ਤੋਂ ਮੁੜ ਜਾਂਦੀ ਹੈ। ਆਓ ਆਪਾਂ ਹੁਣ ਇਸ ਕਨਸੈਪਟ ਨੂੰ ਡਾਇਗ੍ਰਾਮੈਟਿਕਲੀ ਵਿਜੁਅਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਵੇਂ ਮੰਨ ਲਓ ਦੋ ਮੀਡੀਅਮ ਹਨ, ਇੱਕ ਡੈਂਸਰ ਮੀਡੀਅਮ ਹੈ ਜੋ ਕਿ ਜ਼ਿਆਦਾ ਸੰਘਣਾ ਹੈ ਜਿਵੇਂ ਕਿ ਕੱਚ, ਅਤੇ ਇੱਕ ਹੈ ਰੇਅਰ ਮੀਡੀਅਮ ਜੋ ਕਿ ਘੱਟ ਸੰਘਣਾ ਹੈ ਜਿਵੇਂ ਕਿ ਹਵਾ। ਇਸ ਵਿੱਚ ਦੋ ਕੇਸ ਹਨ, ਪਹਿਲਾ ਕਿ ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਵਿਰਲੇ ਤੋਂ ਸੰਘਣੇ ਮੀਡੀਅਮ ਵਿੱਚ ਜਾਂਦੀ ਹੈ ਤਾਂ ਸਿੱਧਾ ਨਾ ਜਾ ਕੇ ਉਹ ਨੋਰਮਲ ਵੱਲ ਮੁੜ ਜਾਂਦੀ ਹੈ। ਇਸੇ ਕਰਕੇ ਹੀ ਪਾਣੀ ਦੇ ਗਲਾਸ ਵਿੱਚ ਪਈ ਹੋਈ ਪੈਨਸਿਲ ਸਾਨੂੰ ਮੁੜੀ ਹੋਈ ਦਿਖਾਈ ਦਿੰਦੀ ਹੈ, ਤੇ ਦੂਸਰਾ ਜਦੋਂ ਪ੍ਰਕਾਸ਼ ਦੀ ਕਿਰਨ ਸੰਘਣੇ ਤੋਂ ਵਿਰਲੇ ਮੀਡੀਅਮ ਵਿੱਚ ਜਾਂਦੀ ਹੈ ਤਾਂ ਸਿੱਧਾ ਨਾ ਜਾ ਕੇ ਉਹ ਨੋਰਮਲ ਤੋਂ ਦੂਰ ਚਲੀ ਜਾਂਦੀ ਹੈ। ਜਿਵੇਂ ਜਿਵੇਂ ਆਪਾਂ ਪ੍ਰਕਾਸ਼ ਦੀ ਕਿਰਨ ਦਾ ਐਂਗਲ ਵਧਾਵਾਂਗੇ ਤਾਂ ਇੱਕ ਐਂਗਲ ਆਵੇਗਾ ਜਿਸ ਨੂੰ ਕ੍ਰਿਟੀਕਲ ਐਂਗਲ ਬੋਲਦੇ ਹਨ, ਜਿਸ ਦੇ ਬਾਅਦ ਇਹ ਕਿਰਨ ਸੇਮ ਮੀਡੀਅਮ ਵਿੱਚ ਵਾਪਸ ਆ ਜਾਵੇਗੀ ਜਿਸ ਨੂੰ ਟੋਟਲ ਇੰਟਰਨਲ ਰਿਫਲੈਕਸ਼ਨ ਕਹਿੰਦੇ ਹਨ। ਇਸ ਦੀਆਂ ਕਈ ਉਦਾਹਰਨਾਂ ਹਨ ਜਿਵੇਂ ਕਿ ਤੁਸੀਂ ਸਾਇੰਸ ਦੀ ਕਲਾਸ ਵਿੱਚ ਮਿਰਗ ਤ੍ਰਿਸ਼ਨਾ ਬਾਰੇ ਪੜਿਆ ਹੋਣਾ ਜਿਸ ਨੂੰ ਮਿਰਾਜ ਇਫੈਕਟ ਵੀ ਕਹਿੰਦੇ ਹਨ, ਤੇ ਦੂਸਰਾ ਹੀਰੇ ਦੀ ਚਮਕ ਦਾ ਕਾਰਨ ਵੀ ਟੋਟਲ ਇੰਟਰਨਲ ਰਿਫਲੈਕਸ਼ਨ ਕਰਕੇ ਹੁੰਦਾ ਹੈ। ਬਸ ਇਸੇ ਪ੍ਰਿੰਸੀਪਲ ਦੀ ਵਰਤੋਂ ਕਰਕੇ ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਰੇਅਰਰ ਤੇ ਡੈਂਸਰ ਮੀਡੀਅਮ ਦੇ ਇਹੋ ਜਿਹੇ ਕੰਬੀਨੇਸ਼ਨ ਬਣਾਏ ਜਿਸ ਕਰਕੇ ਲਾਈਟ ਟੋਟਲ ਇੰਟਰਨਲ ਰਿਫਲੈਕਸ਼ਨ ਕਰਕੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚੇਗੀ। ਸਭ ਤੋਂ ਪਹਿਲਾਂ ਉਹਨਾਂ ਨੇ ਗਲਾਸ ਟਿਊਬ ਲਈ ਜਿਸ ਦੇ ਉੱਪਰ ਕੋਰ ਮਟੀਰੀਅਲ ਦੀ ਕੋਟਿੰਗ ਕੀਤੀ ਗਈ ਜਿਸ ਨੂੰ ਕਲੈਡਿੰਗ ਵੀ ਕਹਿੰਦੇ ਹਨ, ਜੋ ਗਲਾਸ ਟਿਊਬ ਨਾਲੋਂ ਜ਼ਿਆਦਾ ਸੰਘਣਾ ਮੀਡੀਅਮ ਹੈ। ਜਦੋਂ ਲਾਈਟ ਇੱਕ ਐਂਗਲ ਤੋਂ ਗਲਾਸ ਵਿੱਚੋਂ ਹੁੰਦੀ ਹੋਈ ਕਲੈਡਿੰਗ ਸਰਫੇਸ ਤੇ ਟਕਰਾਵੇਗੀ ਤਾਂ ਉਸ ਕੇਸ ਵਿੱਚ ਜਿਵੇਂ ਕਿ ਗਲਾਸ ਇੱਕ ਵਿਰਲਾ ਤੇ ਕਲੈਡਿੰਗ ਇੱਕ ਸੰਘਣਾ ਮੀਡੀਅਮ ਹੈ ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਕਾਰਨ ਇਹ ਲਾਈਟ ਬਾਹਰ ਜਾਣ ਦੀ ਬਜਾਏ ਵਾਪਸ ਗਲਾਸ ਕੋਰ ਵਿੱਚ ਹੀ ਆ ਜਾਵੇਗੀ ਤੇ ਇਹ ਪ੍ਰੋਸੈਸ ਵਾਰ ਵਾਰ ਚੱਲੇਗਾ। ਟੋਟਲ ਇੰਟਰਨਲ ਰਿਫਲੈਕਸ਼ਨ ਕਾਰਨ ਲਾਈਟ ਗਲਾਸ ਟਿਊਬ ਦੇ ਅੰਦਰ ਹੀ ਫਸ ਕੇ ਰਹਿ ਜਾਵੇਗੀ ਜਿਸ ਕਰਕੇ ਲਾਈਟ ਗਲਾਸ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਪਹੁੰਚ ਜਾਵੇਗੀ। ਦੋਸਤੋ, ਜਿੰਨਾ ਇਹ ਦੇਖਣ ਵਿੱਚ ਆਸਾਨ ਲੱਗ ਰਿਹਾ ਅਸਲ ਵਿੱਚ ਇੰਨਾ ਆਸਾਨ ਨਹੀਂ ਹੈ, ਕਿਉਂਕਿ ਇਸ ਵਿੱਚ ਵੀ ਕਾਫੀ ਟੈਕਨੀਕਲ ਚੈਲੰਜਸ ਹਨ, ਜਿਵੇਂ ਕਿ ਕੀ ਲਾਈਟ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਘੱਟ ਤੋਂ ਘੱਟ ਲੌਸ ਕੀਤੇ ਪਹੁੰਚ ਜਾਵੇਗੀ, ਤੇ ਦੂਸਰਾ ਕਿ ਕੀ ਲਾਈਟ ਦੇ ਸਾਰੇ ਸਿਗਨਲ ਇੱਕੋ ਹੀ ਸਮੇਂ ਤੱਕ ਦੂਸਰੇ ਕੋਨੇ ਤੱਕ ਪਹੁੰਚ ਪਾਣਗੇ ਜਾਂ ਨਹੀਂ। ਡਾਕਟਰ ਕਪਾਨੀ ਤੇ ਉਹਨਾਂ ਦੀ ਟੀਮ ਨੇ ਇਹੋ ਜਿਹੇ ਆਪਟੀਕਲ ਫਾਈਬਰ ਬਣਾਏ ਜੋ ਇੰਨਾ ਚੈਲੰਜਸ ਨੂੰ ਕਾਬੂ ਪਾਉਣ ਵਿੱਚ ਸਫਲ ਰਹੇ। ਜ਼ਿਆਦਾ ਦੂਰ ਨਹੀਂ ਜਾਵਾਂਗੇ, ਇਸੇ ਖੋਜ ਕਰਕੇ ਤੁਸੀਂ ਅੱਜ ਦੂਰ ਬੈਠੇ ਮੇਰੀ ਇਹ ਵੀਡੀਓ ਦੇਖ ਪਾ ਰਹੇ ਹੋ। ਡਾਕਟਰ ਨਰਿੰਦਰ ਸਿੰਘ ਕਪਾਨੀ ਨੇ ਜਿਸ ਆਪਟੀਕਲ ਫਾਈਬਰ ਆਈਡੀਆ ਦੀ ਖੋਜ ਕੀਤੀ ਉਹਨਾਂ ਨੂੰ ਉਸ ਦਾ ਮਾਣ ਸਨਮਾਨ ਨਹੀਂ ਮਿਲ ਸਕਿਆ, ਕਿਉਂਕਿ ਇਸ ਆਈਡੀਆ ਨੂੰ ਜ਼ਿੰਦਾ ਕਰਨ ਵਾਲੇ ਤਾਂ ਡਾਕਟਰ ਕਪਾਨੀ ਹੀ ਸੀ। ਪਰ ਦੁੱਖ ਦੀ ਗੱਲ ਹੈ ਕਿ 2009 ਵਿੱਚ ਉਹਨਾਂ ਨੂੰ ਨੋਬਲ ਪ੍ਰਾਈਜ਼ ਦੇਣ ਦੀ ਬਜਾਏ ਇੱਕ ਚਾਈਨੀਜ਼ ਸਾਇੰਟਿਸਟ ਚਾਰਲਸ ਕੁਨਕਾਓ ਨੂੰ ਦੇ ਦਿੱਤਾ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਜਿਸ ਚੀਨੀ ਸਾਇੰਟਿਸਟ ਨੇ ਡਾਕਟਰ ਕਪਾਨੀ ਦੇ 10 ਸਾਲ ਬਾਅਦ ਇਸ ਫੀਲਡ ਵਿੱਚ ਰਿਸਰਚ ਸ਼ੁਰੂ ਕੀਤੀ ਤੇ ਡਾਕਟਰ ਕਪਾਨੀ ਦੇ ਆਈਡੀਆ ਨੂੰ ਕਮਿਊਨੀਕੇਸ਼ਨ ਦੀ ਫੀਲਡ ਵਿੱਚ ਲਾਗੂ ਕੀਤਾ, ਉਸ ਨੂੰ ਤਾਂ ਨੋਬਲ ਪ੍ਰਾਈਜ਼ ਮਿਲ ਗਿਆ, ਪਰ ਉਹ ਜੀਨੀਅਸ ਪੰਜਾਬੀ ਜਿਸਨੇ ਇਸ ਪੂਰੇ ਆਈਡੀਆ ਦੀ ਖੋਜ ਕੀਤੀ ਉਹਨਾਂ ਨੂੰ ਬਣਦਾ ਸਨਮਾਨ ਨਾ ਮਿਲਿਆ। ਇਸ ਦੇ ਖਿਲਾਫ ਸਾਇੰਸ ਖੇਤਰ ਦੇ ਕੁਝ ਵਿਗਿਆਨੀਆਂ ਨੇ ਵੀ ਅਫਸੋਸ ਜਤਾਇਆ ਕਿ ਡਾਕਟਰ ਨਰਿੰਦਰ ਸਿੰਘ ਕਪਾਨੀ ਵੀ ਨੋਬਲ ਪ੍ਰਾਈਜ਼ ਦੇ ਉਨੇ ਹੀ ਹੱਕਦਾਰ ਸਨ ਜਿੰਨੇ ਚਾਰਲਸ ਕੁਨਕਾਓ ਸੀ, ਜਿਨ੍ਹਾਂ ਨੂੰ ਉਹ ਨੋਬਲ ਪ੍ਰਾਈਜ਼ ਦੇ ਦਿੱਤਾ ਗਿਆ। ਨੋਬਲ ਪ੍ਰਾਈਜ਼ ਤਾਂ ਨਹੀਂ, ਪਰ ਇਹਨਾਂ ਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਕਾਫੀ ਰੈਕਗਨੀਸ਼ਨ ਮਿਲਿਆ, ਜਿਵੇਂ ਕਿ ਭਾਰਤ ਸਰਕਾਰ ਦੁਆਰਾ 2004 ਵਿੱਚ ਇਹਨਾਂ ਨੂੰ ਪ੍ਰਵਾਸੀ ਭਾਰਤੀ ਸਨਮਾਨ ਨਾਮ ਦਾ ਅਵਾਰਡ ਮਿਲਿਆ। US ਚੈਂਬਰ ਆਫ ਕਮਰਸ ਨੇ ਇਹਨਾਂ ਨੂੰ ਦਾ ਐਕਸੀਲੈਂਸ 2000 ਅਵਾਰਡ ਦਿੱਤਾ।
1999 ਵਿੱਚ ਇੱਕ ਬਹੁਤ ਹੀ ਫੇਮਸ ਮੈਗਜ਼ੀਨ ਫੋਰਚੂਨ ਨੇ ਇਹਨਾਂ ਨੂੰ ਆਪਣੇ ਅਨਸੰਗ ਹੀਰੋਜ਼ ਆਫ 20th ਸੈਂਚਰੀ ਵਿੱਚ ਵੀ ਫੀਚਰ ਕੀਤਾ। ਇਹਨਾਂ ਨੂੰ ਜਿੰਨੇ ਵੀ ਅਵਾਰਡ ਮਿਲੇ ਓਨੇ ਹੀ ਘੱਟ ਸਨ, ਕਿਉਂਕਿ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹਨਾਂ ਦੇ ਨਾਮ ਤੇ ਤਕਰੀਬਨ 100 ਤੋਂ ਵੀ ਜ਼ਿਆਦਾ ਪੇਟੈਂਟ ਰਜਿਸਟਰਡ ਸਨ। ਇਹ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ ਪੇਟੈਂਟ ਉਦੋਂ ਮਿਲਦਾ ਹੈ ਜਦੋਂ ਤੁਸੀਂ ਕੋਈ ਇਹੋ ਜਿਹੀ ਖੋਜ ਕੀਤੀ ਹੋਵੇ ਜੋ ਪਹਿਲਾਂ ਕਿਸੇ ਦੁਆਰਾ ਨਾ ਕੀਤੀ ਗਈ ਹੋਵੇ। ਉਸ ਸਮੇਂ ਤੁਸੀਂ ਖੁਦ ਸੋਚੋ, 100 ਤੋਂ ਵੀ ਜ਼ਿਆਦਾ ਪੇਟੈਂਟ, ਉਹ ਵੀ ਕਿਸੇ ਪੰਜਾਬੀ ਸਿੱਖ ਦੁਆਰਾ, ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਲਈ। ਇੱਕ ਸਫਲ ਸਾਇੰਟਿਸਟ ਹੋਣ ਦੇ ਨਾਲ ਨਾਲ ਇਹਨਾਂ ਨੇ ਆਪਟਿਕਸ ਦੀ ਫੀਲਡ ਵਿੱਚ ਕੁਝ ਪ੍ਰੋਫਿਟੇਬਲ ਕੰਪਨੀਆਂ ਵੀ ਖੋਲ੍ਹੀਆਂ। ਡਾਕਟਰ ਕਪਾਨੀ ਚਾਹੇ ਜ਼ਿਆਦਾ ਸਮੇਂ ਵਿਦੇਸ਼ ਹੀ ਰਹੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਇਹ ਇੱਛਾ ਸੀ ਕਿ ਉਹ ਵਾਪਿਸ ਪੰਜਾਬ ਜ਼ਰੂਰ ਪਰਤ ਕੇ ਆਉਣਗੇ। ਉਹਨਾਂ ਨੇ ਵਾਪਿਸ ਆਉਣ ਦਾ ਪੂਰਾ ਮਨ ਵੀ ਬਣਾ ਲਿਆ ਸੀ, ਪਰ ਫਿਰ ਉਹਨਾਂ ਨੂੰ ਸ਼ਿਕਾਗੋ ਤੋਂ ਇੱਕ ਵਧੀਆ ਜੌਬ ਅਪੋਰਚੁਨਿਟੀ ਮਿਲੀ, ਜਿਸ ਕਰਕੇ ਉੱਥੇ ਹੀ ਰਹਿ ਗਏ। ਇਸੇ ਸਮੇਂ ਦੌਰਾਨ ਹੀ ਡਾਕਟਰ ਨਰਿੰਦਰ ਸਿੰਘ ਕਪਾਨੀ ਉਸ ਸਮੇਂ ਦੇ ਇੰਡੀਆ ਦੇ ਡਿਫੈਂਸ ਮਿਨਿਸਟਰ ਕ੍ਰਿਸ਼ਨ ਮੈਨਨ ਨੂੰ ਵੀ ਮਿਲੇ ਤੇ ਉਹਨਾਂ ਨੇ ਡਾਕਟਰ ਕਪਾਨੀ ਦੀ ਸੂਝ ਬੂਝ ਤੇ ਕਾਬਲੀਅਤ ਨੂੰ ਦੇਖਦੇ ਹੋਏ ਉਹਨਾਂ ਨੂੰ ਸਾਇੰਟਿਫਿਕ ਐਡਵਾਈਜ਼ਰ ਦੀ ਪੋਸਟ ਵੀ ਆਫਰ ਕੀਤੀ। ਜੇ ਇਹਨਾਂ ਦੇ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਡਾਕਟਰ ਨਰਿੰਦਰ ਸਿੰਘ ਕਪਾਨੀ ਦਾ ਵਿਆਹ 1954 ਵਿੱਚ ਸਤਿੰਦਰ ਕੌਰ ਨਾਲ ਲੰਡਨ ਵਿੱਚ ਹੋਇਆ। ਡਾਕਟਰ ਨਰਿੰਦਰ ਸਿੰਘ ਕਪਾਨੀ ਆਪਣੀਆਂ ਜੜ੍ਹਾਂ ਨਾਲ ਬਹੁਤ ਜੁੜੇ ਹੋਏ ਸਨ। ਉਹ ਖੁਦ ਸਿੱਖ ਹੋਣ ਤੇ ਬਹੁਤ ਮਾਣ ਮਹਿਸੂਸ ਕਰਦੇ ਸਨ। ਇੱਕ ਸਿੱਖ ਹੋਣ ਦੇ ਨਾਤੇ ਉਹਨਾਂ ਨੇ ਸਿੱਖ ਕੌਮ ਲਈ ਅਮਰੀਕਾ ਤੇ ਕੈਨੇਡਾ ਵਿੱਚ ਕਾਫੀ ਕੰਮ ਕੀਤੇ। ਆਪਣੀ ਸਿੱਖ ਵਿਰਾਸਤ ਵਿੱਚ ਬਹੁਤ ਮਾਣ ਤੇ ਵਿਸ਼ਵਾਸ ਹੋਣ ਕਾਰਨ ਉਹਨਾਂ ਨੇ 29 ਦਸੰਬਰ 1967 ਵਿੱਚ ਆਪਣੀ ਪਤਨੀ ਨਾਲ ਮਿਲ ਕੇ ਸਿੱਖ ਫਾਊਂਡੇਸ਼ਨ ਦੀ ਸ਼ੁਰੂਆਤ ਕੀਤੀ। ਸਿੱਖ ਫਾਊਂਡੇਸ਼ਨ ਬਣਾਉਣ ਦਾ ਮੇਨ ਮਕਸਦ ਸਿੱਖ ਵਿਰਸੇ ਨੂੰ ਸੰਭਾਲਣਾ ਤੇ ਉਸ ਨੂੰ ਪ੍ਰਫੁੱਲਿਤ ਕਰਨਾ ਸੀ। ਇਸ ਫਾਊਂਡੇਸ਼ਨ ਰਾਹੀਂ ਉਹਨਾਂ ਨੇ ਦਾ ਸਿੱਖ ਸੰਸਾਰ ਨਾਮ ਦਾ ਇੱਕ ਰਸਾਲਾ 1972 ਵਿੱਚ ਪ੍ਰਕਾਸ਼ਿਤ ਕੀਤਾ। ਇਸ ਰਸਾਲੇ ਦੇ ਕੁਝ ਮੇਨ ਵਿਸ਼ੇ ਇਸ ਤਰ੍ਹਾਂ ਸਨ, ਜਿਵੇਂ ਕਿ ਸਿੱਖ ਔਰਤਾਂ, ਸਿੱਖ ਵਿਦਿਅਕ ਸੰਸਥਾਵਾਂ, ਗਦਰ ਲਹਿਰ, ਭਾਈ ਵੀਰ ਸਿੰਘ ਆਦਿ। GCW ਪਟਿਆਲਾ ਕਾਲਜ ਦੇ HOD ਪ੍ਰੋਫੈਸਰ RP ਸ਼੍ਰੀਵਾਸਤਵ ਡਾਕਟਰ ਨਰਿੰਦਰ ਸਿੰਘ ਕਪਾਨੀ ਬਾਰੇ ਇਸ ਤਰ੍ਹਾਂ ਲਿਖਦੇ ਹਨ ਕਿ ਕਦੇ ਵੀ ਕਿਸੇ ਲੇਖਕ ਜਾਂ ਇਤਿਹਾਸਕਾਰ ਵੱਲੋਂ ਸਿੱਖਾਂ ਦੀ ਪ੍ਰਾਪਤੀ ਦੇ ਇਸ ਪਹਿਲੂ ਬਾਰੇ ਕੁਝ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਇਹਨਾਂ ਨੇ ਬਾਹਰ ਰਹਿ ਕੇ ਸਿੱਖ ਕੌਮ ਲਈ ਇੰਨਾ ਕੁਝ ਕੀਤਾ, ਪਰ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੇ ਇਹਨਾਂ ਨੂੰ ਸਨਮਾਨ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ। ਤਕਰੀਬਨ ਮਾਰਚ 1984 ਵਿੱਚ ਡਾਕਟਰ ਕਪਾਨੀ ਨੇ 150 ਹੋਰ ਅਮਰੀਕਾ ਦੇ ਸਿੱਖਾਂ ਨਾਲ ਮਿਲ ਕੇ ਅਮਰੀਕਨ ਕਾਂਗਰਸ ਨੂੰ ਉਸ ਸਮੇਂ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਉੱਥੇ ਇਹ ਡਰ ਵੀ ਜਤਾਇਆ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾ ਸਕਦਾ ਹੈ। ਇਸੇ ਕਰਕੇ ਸਿੱਖ ਫਾਊਂਡੇਸ਼ਨ ਦੇ ਚੇਅਰਮੈਨ ਹੋਣ ਦੇ ਨਾਤੇ ਉਸ ਸਮੇਂ ਡਾਕਟਰ ਕਪਾਨੀ ਨੇ ਉਸ ਸਮੇਂ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਤੇ ਅਮਰੀਕਾ ਵਿੱਚ ਰਹਿੰਦੇ ਹੋਏ ਇੰਡੀਆ ਦੇ ਰਾਜਦੂਤ ਨੂੰ ਇੱਕ ਅਰਜੈਂਟ ਟੈਲੀਗ੍ਰਾਮ ਭੇਜਿਆ, ਜਿਸ ਵਿੱਚ ਇਹਨਾਂ ਨੇ ਬੜੀ ਸਖਤੀ ਨਾਲ ਦਰਬਾਰ ਸਾਹਿਬ ਤੇ ਹਮਲਾ ਨਾ ਕਰਨ ਦੀ ਸਲਾਹ ਦਿੱਤੀ। ਪਰ ਹੋਣੀ ਨੂੰ ਕੌਣ ਟਾਲ ਸਕਦਾ ਸੀ, June 1, 1984 ਨੂੰ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ, ਜੋ ਕਿ ਸਿੱਖਾਂ ਦੇ ਇਤਿਹਾਸ ਵਿੱਚ ਨਾ ਭੁੱਲਣ ਯੋਗ ਸਮਾਂ ਹੈ। ਜਦੋਂ ਡਾਕਟਰ ਕਪਾਨੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਹਨਾਂ ਨੇ ਬੜੇ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕੀਤੀ। ਸਿੱਖ ਫਾਊਂਡੇਸ਼ਨ ਰਾਹੀਂ ਉਹਨਾਂ ਨੇ ਵੱਖ ਵੱਖ ਅਖਬਾਰਾਂ ਤੇ ਰਸਾਲਿਆਂ ਰਾਹੀਂ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਲੋਕਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ। ਇਸ ਦੇ ਇਲਾਵਾ ਇਹਨਾਂ ਨੇ ਅਮਰੀਕਾ, ਕੈਨੇਡਾ ਤੇ ਲੰਡਨ ਵਿੱਚ ਸਿੱਖ ਮਿਊਜ਼ੀਅਮ ਤੇ ਵੱਖ ਵੱਖ ਆਰਟ ਗੈਲਰੀਆਂ ਵੀ ਬਣਾਈਆਂ। ਇਸ ਸਭ ਦਾ ਮੇਨ ਮਕਸਦ ਇਹੀ ਸੀ ਕਿ ਸਿੱਖ ਆਈਡੀਓਲੋਜੀ ਨੂੰ ਜ਼ਿੰਦਾ ਰੱਖਿਆ ਜਾਵੇ ਤੇ ਇਸ ਨੂੰ ਬਾਹਰਲੇ ਦੇਸ਼ਾਂ ਵਿੱਚ ਪ੍ਰਫੁੱਲਿਤ ਕੀਤਾ ਜਾਵੇ। 31 ਅਕਤੂਬਰ 1984 ਵਿੱਚ ਜਦੋਂ ਡਾਕਟਰ ਕਪਾਨੀ ਦੀ ਮਾਤਾ ਪੰਜਾਬ ਵਿੱਚ ਅਕਾਲ ਚਲਾਣਾ ਕਰ ਗਏ ਸਨ, ਇਹ ਉਹੀ ਦਿਨ ਸੀ ਜਿਸ ਦਿਨ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਗਈ ਸੀ। ਥਾਂ ਥਾਂ ਕਰਫਿਊ ਲੱਗਣ ਕਾਰਨ ਡਾਕਟਰ ਨਰਿੰਦਰ ਸਿੰਘ ਕਪਾਨੀ, ਜਿਨ੍ਹਾਂ ਨੇ ਇੰਡੀਆ ਦਾ ਨਾਮ ਪੂਰੇ ਵਰਲਡ ਵਿੱਚ ਰੋਸ਼ਨ ਕੀਤਾ, ਉਹਨਾਂ ਨੂੰ ਆਪਣੀ ਮਾਤਾ ਦੇ ਅੰਤਿਮ ਸੰਸਕਾਰ ਤੱਕ ਪਹੁੰਚਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ। ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਦ ਮੈਨ ਹੂ ਬੈਂਟ ਲਾਈਟ ਵਿੱਚ ਇਸ ਦਾ ਜ਼ਿਕਰ ਕੀਤਾ ਹੈ ਤੇ ਇਹ ਅਫਸੋਸ ਵੀ ਜਤਾਇਆ ਹੈ ਕਿ ਉਹਨਾਂ ਦੀ ਮਾਤਾ ਨੂੰ ਅੰਤਿਮ ਸੰਸਕਾਰ ਸਮੇਂ ਉਹ ਮਾਣ ਸਨਮਾਨ ਨਾ ਮਿਲਿਆ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਸੀ। ਅੰਤ 2020 ਵਿੱਚ ਡਾਕਟਰ ਨਰਿੰਦਰ ਸਿੰਘ ਕਪਾਨੀ ਦੀ ਡੈਥ ਤੋਂ ਬਾਅਦ ਇੱਕ ਸੁਨਹਿਰੀ ਕਾਲ ਦਾ ਅੰਤ
ਹੋ ਗਿਆ। 2021 ਵਿੱਚ ਉਹਨਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ। ਇਹ ਸੀ ਡਾਕਟਰ ਨਰਿੰਦਰ ਸਿੰਘ ਕਪਾਨੀ ਦੀ ਕਹਾਣੀ, ਜਿਨ੍ਹਾਂ ਨੇ ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਕਿਵੇਂ ਪੂਰੀ ਦੁਨੀਆ ਤੇ ਰਾਜ ਕੀਤਾ ਸੀ। ਪਰ ਦੁੱਖ ਦੀ ਗੱਲ ਹੈ ਕਿ ਸਾਡੇ ਵਿੱਚੋਂ ਕਾਫੀਆਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੋਵੇਗਾ। ਜਦੋਂ ਮੈਂ ਇਹਨਾਂ ਬਾਰੇ ਰਿਸਰਚ ਸ਼ੁਰੂ ਕੀਤੀ ਤਾਂ ਮੈਨੂੰ ਲੱਗਿਆ ਕਿ ਇਹ ਜਾਣਕਾਰੀ ਤੁਹਾਡੇ ਸਭ ਨਾਲ ਵੀ ਸ਼ੇਅਰ ਕੀਤੀ ਜਾਵੇ। ਹੁਣ ਤੁਹਾਡਾ ਇਹ ਫਰਜ਼ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਮਹਾਨ ਹਸਤੀ ਬਾਰੇ ਹਰ ਇੱਕ ਨੂੰ ਪਤਾ ਲੱਗ ਸਕੇ। ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਸਟੋਰੀ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰ ਰਹੇ ਹੋਵੋਗੇ। ਖਾਸ ਕਰਕੇ ਸਿੱਖ ਕੌਮ ਨੂੰ ਉਹਨਾਂ ਤੇ ਮਾਣ ਮਹਿਸੂਸ ਜ਼ਰੂਰ ਹੋ ਰਿਹਾ ਹੋਵੇਗਾ, ਕਿਉਂਕਿ ਜੋ ਕੰਮ ਉਹਨਾਂ ਨੇ ਸਿੱਖ ਕੌਮ ਲਈ ਵਿਦੇਸ਼ ਰਹਿ ਕੇ ਕੀਤੇ, ਅਸਲ ਵਿੱਚ ਅਸੀਂ ਮਾਣ ਮਹਿਸੂਸ ਕਰਨ ਤੋਂ ਜ਼ਿਆਦਾ ਕੁਝ ਕਰ ਵੀ ਨਹੀਂ ਸਕਦੇ, ਕਿਉਂਕਿ ਤਾਰੀਫ ਕਰਦਿਆਂ ਤਾਂ ਉਹਨਾਂ ਲਈ ਸ਼ਬਦ ਸਾਡੇ ਕੋਲ ਥੋੜੇ ਰਹਿ ਜਾਣਗੇ। ਇਹਨਾਂ ਦੀ ਜੀਵਨੀ ਕਿਸੇ ਮੋਟੀਵੇਸ਼ਨ ਤੋਂ ਘੱਟ ਨਹੀਂ ਕਿ ਜੇਕਰ ਤੁਸੀਂ ਕਿਸੇ ਕੰਮ ਨੂੰ ਮਨ ਵਿੱਚ ਠਾਣ ਲਵੋ ਤਾਂ ਤੁਸੀਂ ਉਸ ਕੰਮ ਨੂੰ ਜ਼ਰੂਰ ਪੂਰਾ ਕਰ ਸਕਦੇ ਹੋ। ਤੁਸੀਂ ਇਹ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ, ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਇਸ ਮਹਾਨ ਸ਼ਖਸੀਅਤ ਦਾ ਨਾਮ ਹਮੇਸ਼ਾ ਲਈ ਸਾਡੇ ਦਿਲਾਂ ਵਿੱਚ ਜ਼ਿੰਦਾ ਰਹੇ। ਸਤਿ ਸ਼੍ਰੀ ਅਕਾਲ।